सिख धर्म की हर गतिविधि गुरबाणी वास्ते हुने सब्सक्राइब करो गुरबाणी अखंड बाणी अते नोटिफिकेशन वास्ते बैल नो रिंग करो। सिख हिंदुओं का एक अंग है, मैं बिल्कुल ये उल्ट है, चाहे तू सिख मेरे नाराजी रहे चाहे गुस्से रहे, मुढ़ सिख है बाकी टहनी टहनी पत्थरे है। सिख मुढ़ किवें है, 33 करोड़ देवता, 9 करोड़ देवी है, 1.25 लाख पैगंबर है, 84 सिद्ध है, 52 वीर है, 6 जती है, 9 नाथ है, 64 जोगणियां, 45 परम दैत है, 10 गुरु साहबान है। कोई भी मनुख दसो किसी इतिहास करे, किसी ने पढ़िया, किसी ने केस कटे, सब केसा धारी है। सिख की निशानी है मुढ़ली केस से दौड़, हिंदू की निशानी है टोपी चोटी ਕਖਾਈ ਧੋਤੀ 12 ਤਿਲਕ ਮੱਥੇ ਨੱਕ ਠੋਡੀ ਛਾਤੀ ਕੱਛਾ ਗੱਲਾਂ ਕੰਨਾਂ ਗਿੱਚੀ ਤਤਾਲ ਦੇ ਵਿੱਚ 9 ਤਾਗਿਆਂ ਦਾ ਜਨੇਊ ਸ਼ਿਵਲਿੰਗ ਦੀ ਚਰਨਾਮ ਤਲੇ ਗੀਤਾ ਦਾ ਪਾਠੀ ਹੋਵੇ ਤਮਾਖੂ ਨਾ ਪੀਵੇ ਉਹ ਸਿੰਧੂ ਨੂੰ ਮੈਂ ਆਪਣਾ ਭਰਾ ਸਮਝਦਾ ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ। ਵੈਸੇ ਹਿੰਦੂ ਨਹੀਂ, ਹਿੰਦੂ ਅਰਬੀ ਭਾਸ਼ਾ ਦਾ ਅੱਖਰ ਹੈ, ਅਰਬੀ ਦੇ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਆ, ਇਹਨਾਂ ਦੀ ਮਰਜ਼ੀ ਹੈ। 4 ਵੇਦ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ, 52 ਉਪਨਿਸ਼ਦਾਂ, 9 ਵਿਆਕਰਨ, 11 ਵੀ ਮੰਨੀਆਂ ਲੋਕਾਂ ਨੇ ਪਰ 9 ਪ੍ਰਚਲਿਤ ਹੈ। ਕਿਸੇ ਵਿੱਚ ਹਿੰਦੂ ਅੱਖਰ ਨੇ ਤੁਹਾਨੂੰ ਮਿਲੇਗਾ ਬ੍ਰਾਹਮਣ, ਬ੍ਰਾਹਮਣ ਤੇ ਬ੍ਰਹਮਣ, ਇਹ ਅੱਖਰ ਤਾਂ ਮਿਲਣਗੇ। ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ, ਸਾਰੇ ਕਹਿੰਦੇ ਹਿੰਦੂ ਹੈ। ਪਰ ਜੇ ਹਿੰਦੂ ਵੀ ਕਹਾਉਣਾ ਚਾਹੁੰਦੇ ਰਹਿਣ ਤੇ ਇਹ ਦੱਸਣ, ਇਹਨਾਂ ਗੱਲਾਂ ਦਾ ਸਬੂਤ ਦੇਣ, ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ। ਇਸ ਵਾਸਤੇ ਮੁਸਲਮਾਨ ਵੀ ਕੈਂਚੀ ਨਾਲ ਬਣਦਾ ਤੇ ਹਿੰਦੂ ਵੀ ਕੈਂਚੀ ਨਾਲ ਬਣਦਾ। ਜਿਹੋ ਜੇ ਮਾਤਾ ਦੇ ਉਹਦੇ ਵਿੱਚੋਂ, ਮਾਤਾ ਦੇ ਪੇਟ ਦੇ ਵਿੱਚੋਂ ਜੰਮੇ ਹੈ, ਜੇ ਉਹੋ ਜੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ। ਛੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ ਇਹ ਕਹਿ ਕੇ ਨਹੀਂ ਕਿਸੇ ਨੂੰ ਬੁਲਾਇਆ ਜਾ ਸਕਦਾ। ਇਸ ਵਾਸਤੇ ਕੁਦਰਤ ਦੇ ਅਸੂਲ ਮੁਤਾਬਕ, ਸ਼ਕਤੀ ਦੇ ਕੁਦਰਤ ਮੁਤਾਬਕ, ਅਸੂਲ ਮੁਤਾਬਕ ਸਾਰੇ ਸਿੱਖ ਪਿੱਛੋਂ ਬਦਲ ਕੇ ਤਬਦੀਲ ਕੀਤੇ ਜਾਂਦੇ ਆ। ਬਾਕੀ ਕੈਂਚੀ ਤੇ ਪਛਣਾ ਦੁਬਦਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ, ਕਿਰਪਾਨ ਏਕਤਾ ਦੇ ਪ੍ਰਤੀਕ ਹੈ। ਇਤਿਹਾਸਕ ਤੱਥ ਤੁਹਾਡੇ ਸਾਹਮਣੇ ਰੱਖਾਂਗਾ। ਕੈਂਚੀ ਤੇ ਪਛਣੇ ਨਾਲ ਮੂੰਹ ਸਿਰ ਮੁੰਨਦੀਏ ਤੇ ਹਿੰਦੂ ਪ੍ਰਤੀਤ ਹੁੰਦਾ, ਕੈਂਚੀ ਪਛਣੇ ਨਾਲ ਲਾਵਾਂ ਕੱਟ ਕੇ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਸਿੱਖ ਹਿੰਦੂਆਂ ਦਾ ਇੱਕ ਅੰਗ ਹੈ, ਮੈਂ ਬਿਲਕੁਲ ਇਹਦੇ ਉਲਟ ਹੈ, ਚਾਹੇ ਤੂੰ ਸਿੱਖ ਮੇਰੇ ਨਾਰਾਜ਼ੀ ਰਹੇ ਚਾਹੇ ਗੁੱਸੇ ਰਹੇ, ਮੁੱਢ ਸਿੱਖ ਹੈ ਬਾਕੀ ਟਹਿਣੀ ਟਹਿਣੀ ਅਤੇ ਪੱਥਰੇ ਹੈ। ਸਿੱਖ ਮੁੱਢ ਕਿਵੇਂ ਹੈ, 33 ਕਰੋੜ ਦੇਵਤਾ, 9 ਕਰੋੜ ਦੇਵੀ ਹੈ, 1.25 ਲੱਖ ਪੈਗੰਬਰ ਹੈ, 84 ਸਿੱਧ ਹੈ, 52 ਵੀਰ ਹੈ, 6 ਜਤੀ ਹੈ, 9 ਨਾਥ ਹੈ, 64 ਜੋਗਣੀਆਂ, 45 ਪਰਮ ਦੈਂਤ ਹੈ ਤੇ 10 ਗੁਰੂ ਸਾਹਿਬਾਨ ਹਨ। ਕੋਈ ਵੀ ਮਨੁੱਖ ਦੱਸੋ ਕਿਸੇ ਇਤਿਹਾਸ ਵਿੱਚ ਕਰੇ, ਕਿਸੇ ਨੇ ਪੜਿਆ, ਕਿਸੇ ਦੇ ਕੇਸ ਕੱਟੇ, ਸਭ ਕੇਸਾਂ ਧਾਰੀ ਹੈ। ਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਤੇ ਦੌੜ, ਹਿੰਦੂ ਦੀ ਨਿਸ਼ਾਨੀ ਹੈ ਟੋਪੀ ਚੋਟੀ ਤੇ ਕਖਾਈ ਧੋਤੀ 12 ਤਿਲਕ ਮੱਥੇ ਨੱਕ ਠੋਡੀ ਛਾਤੀ ਕੱਛਾ ਗੱਲਾਂ ਕੰਨਾਂ ਗਿੱਚੀ ਤਤਾਲ ਦੇ ਵਿੱਚ 9 ਤਾਗਿਆਂ ਦਾ ਜਨੇਊ ਸ਼ਿਵਲਿੰਗ ਦੀ ਚਰਨਾਮ ਤਲੇ ਗੀਤਾ ਦਾ ਪਾਠੀ ਹੋਵੇ ਤਮਾਖੂ ਨਾ ਪੀਵੇ ਉਹ ਸਿੰਧੂ ਨੂੰ ਮੈਂ ਆਪਣਾ ਭਰਾ ਸਮਝਦਾ। ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ, ਵੈਸੇ ਹਿੰਦੂ ਨਹੀਂ, ਹਿੰਦੂ ਅਰਬੀ ਭਾਸ਼ਾ ਦਾ ਅੱਖਰ ਹੈ, ਅਰਬੀ ਦੇ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਆ, ਇਹਨਾਂ ਦੀ ਮਰਜ਼ੀ ਹੈ। 4 ਵੇਦ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ, 52 ਉਪਨਿਸ਼ਦਾਂ, 9 ਵਿਆਕਰਨ, 11 ਵੀ ਮੰਨੀਆਂ ਲੋਕਾਂ ਨੇ ਪਰ 9 ਪ੍ਰਚਲਿਤ ਹੈ। ਕਿਸੇ ਵਿੱਚ ਹਿੰਦੂ ਅੱਖਰ ਨੇ ਤੁਹਾਨੂੰ ਮਿਲੇਗਾ ਬ੍ਰਾਹਮਣ, ਬ੍ਰਾਹਮਣ ਤੇ ਬ੍ਰਹਮਣ, ਇਹ ਅੱਖਰ ਤਾਂ ਮਿਲਣਗੇ। ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ, ਸਾਰੇ ਕਹਿੰਦੇ ਹਿੰਦੂ ਹੈ। ਪਰ ਜੇ ਹਿੰਦੂ ਵੀ ਕਹਾਉਣਾ ਚਾਹੁੰਦੇ ਰਹਿਣ ਤੇ ਇਹ ਦੱਸਣ, ਇਹਨਾਂ ਗੱਲਾਂ ਦਾ ਸਬੂਤ ਦੇਣ, ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ। ਇਸ ਵਾਸਤੇ ਮੁਸਲਮਾਨ ਵੀ ਕੈਂਚੀ ਨਾਲ ਬਣਦਾ ਤੇ ਹਿੰਦੂ ਵੀ ਕੈਂਚੀ ਨਾਲ ਬਣਦਾ। ਜਿਹੋ ਜੇ ਮਾਤਾ ਦੇ ਉਹਦੇ ਵਿੱਚੋਂ, ਮਾਤਾ ਦੇ ਪੇਟ ਦੇ ਵਿੱਚੋਂ ਜੰਮੇ ਹੈ, ਜੇ ਉਹੋ ਜੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ। ਛੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ ਇਹ ਕਹਿ ਕੇ ਨਹੀਂ ਕਿਸੇ ਨੂੰ ਬੁਲਾਇਆ ਜਾ ਸਕਦਾ। ਇਸ ਵਾਸਤੇ ਕੁਦਰਤ ਦੇ ਅਸੂਲ ਮੁਤਾਬਕ, ਸ਼ਕਤੀ ਦੇ ਕੁਦਰਤ ਮੁਤਾਬਕ, ਅਸੂਲ ਮੁਤਾਬਕ ਸਾਰੇ ਸਿੱਖ ਪਿੱਛੋਂ ਬਦਲ ਕੇ ਤਬਦੀਲ ਕੀਤੇ ਜਾਂਦੇ ਆ। ਬਾਕੀ ਕੈਂਚੀ ਤੇ ਪਛਣਾ ਦੁਬਦਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ, ਕਿਰਪਾਨ ਏਕਤਾ ਦੇ ਪ੍ਰਤੀਕ ਹੈ। ਇਤਿਹਾਸਕ ਤੱਥ ਤੁਹਾਡੇ ਸਾਹਮਣੇ ਰੱਖਾਂਗਾ। ਕੈਂਚੀ ਤੇ ਪਛਣੇ ਨਾਲ ਮੂੰਹ ਸਿਰ ਮੁੰਨਦੀਏ ਤੇ ਹਿੰਦੂ ਪ੍ਰਤੀਤ ਹੁੰਦਾ,
कैंची पछनी ना लवा कट के सुनत कर दिए ते मुसलमान बन जांदा ते कैंची पछनी दी वरतों ना करिए ते जम्या जमा रहण दिए ते सिख ते गाते कृपान पालिए ते सिंह कैंची पछनी नाल कटे हुए केस दाड़ा नाई जी गंदी नाली जी जांदे ते कृपान दे नाल पंज वर्ग दे पछड़े हुए लोकां दा सिर वढ के अमृत दे बाटे कोले ले जाया गया अमृत दे बाटे कोले ले जा के अमृत छका के गुरु दा रूप ही नहीं बनिया कला बल्कि गुरु दा मालिक बन गया गुरु दे शब्दां मुताबिक रहनी रहे सोई सिख मेरा ओहो साहेब मैं उसका चेहरा सो इस वास्ते कृपान एकता दी प्रतीक है कैंची ते पछना दुबदा ते फिरका प्रस्ती दी प्रतीक है चाहे कोई क्रिश्चियन है चाहे कोई ईसाई है चाहे कोई अंग्रेज है सो इन्हां दे सामने ए तत्त रख दियो उन्हां नूं कहो भी जैसा कुदरत ने तुहानूं पैदा करके भेजिया है जे तुसीं ओहो जिहे रहो ते फिर तुहानूं लोक की कहणगे हर एक नूं कहना पवेगा कि सानूं सरदार कहणगे ते फिर किवें कहिंदे आ वी सिख जिहड़े आ इह हिंदुआं चों निकले इहदा उत्तर हुण तुसीं दसो वी सिख हिंदुआं चों निकले आ जां कि हिंदू सिखां विचों कैंची दे पछनी नाल कटे गए इहदा सबूत दिओ बाकी सिख वखरी कौम दृढ़ निश्चयवाचक इहदे सबूत आ बेअंत पहला तां भाई गुरदास जी दे रचना द्वारा भाई गुरदास जी दे बचन हन शब्द जिती सिद्ध मंडली कीतो सो अपना पंथ निराला पंथ का अर्थ भी तुसी जानदे हो भली भांत ते निराले का अर्थ भी वखरा बाके मारिया सिक्का जगत विच नानक निर्मल पंथ चलाया इस करके सिख वखरी कौम है दशमेश पिता जी दे बचन अनुसार जबला खालसा रहे न्यारा तबलग तेज दियो न सारा जावे गए विपरन की रीत विपरना पंडित दा जावे गए विपरन की रीत मैं ना करूं तिन की प्रतीत दशमेश पिता जी दसवीं की बाणी रख रहे सन एक पंडित ने आके बहुता खड़ेड़िया कहन लगा जी तुसी हिंदू हो तुसी हिंदू हो महाराज कहन लगे जा प्रेमी चला जा जेड़ा कोई तू कहने खा लिया तुरदा हो नहीं मनिया अखीर कणगी धर जी ने उत्तर दिता छत्री को पूत हो ब्राह्मण को नाही पंडिता मैं ब्राह्मण का मुंडा नहीं मैं छत्री का पुत्र हाँ छत्री शास्त्रधारी का नाम है सो इस वास्ते सिख वखरी कौम है स्वरूप करके सिख वखरी कौम है धार्मिक ग्रंथ करके इष्ट करके सिख वखरी कौम है 18 त्याग गीता दे 30 पारे कुरान दे 30 पारे विच किसी हिंदू दे स्वर्ग दी प्राप्ति वास्ते कोई लिखा विखा दे विद्वान गीता दे 18 त्याग विच किसी मुसलमान दे देश दी प्राप्ति वास्ते कोई लिखा विखा दे साहिब श्री गुरु ग्रंथ साहिब जी दे विच सारयां नूं थां दित्ता जुराहां विचों कबीर जी बैठे है घुमियारां विचों रविदास जी बैठे है घुमियारां विचों बेणी जी बैठे है जगतां विचों धन्ना जी बैठे है ब्राह्मणां विचों जयदेव जी बैठे है कसाईयां दे विचों सो सरना जी बैठे है नाईयां दे विचों सैण जी बैठे है बाल्मीकि जी नूं हरिजन कहा जांदा है उन्हां विचों खुद बाल्मीकि आप ही विच बैठे है दसो सिख धर्म दी हर गतिविधि ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ ਮੈਂ ਬਿਲਕੁਲ ਇਹਦੇ ਉਲਟ ਹੈ ਚਾਹੇ ਤੂੰ ਸਿੱਖ ਮੇਰੇ ਨਾਲ ਰਾਜੀ ਰਹੇ ਚਾਹੇ ਗੁੱਸੇ ਰਹੇ ਮੁੱਢ ਸਿੱਖ ਹੈ ਬਾਕੀ ਟਹਿਣੀ ਟਹਿਣੀ ਅਤੇ ਪੱਤਰੇ ਹੈ ਸਿੱਖ ਮੁੱਢ ਕਿਵੇਂ ਹੈ 33 ਕਰੋੜ ਦੇਵਤਾ 9 ਕਰੋੜ ਦੇਵੀ ਹੈ 1.25 ਲੱਖ ਪੈਗੰਬਰ ਹੈ 84 ਸਿੱਧ ਹੈ 52 ਵੀਰ ਹੈ 6 ਜਤੀ ਹੈ 9 ਨਾਥ ਹੈ 64 ਜੋਗਣੀਆਂ 45 ਪਰਮ ਦੈਂਤ ਹੈ ਤੇ 10 ਗੁਰੂ ਸਾਹਿਬਾਨ ਹਨ ਕੋਈ ਵੀ ਮਨੁੱਖ ਦੱਸੋ ਕਿਸੇ ਇਤਿਹਾਸ ਵਿੱਚ ਕਦੇ ਕਿਸੇ ਨੇ ਪੜਿਆ ਕਿਸੇ ਦੇ ਕੇਸ ਕੱਟੇ ਹੈ